सिविल हॉस्पिटल के प्रांगण में कुछ समाज सेवी संस्थाओं ने जमकर पंजाब सरकार के खिलाफ रोष प्रदर्शन करते हुए। समाज सेविक अशोक संधू ने कहा कि नूर महल के सिविल हॉस्पिटल में लोगों को काफ़ी परेशानियों का सामना करना पड़ रहा है। यदि पंजाब सरकार ने इस हॉस्पिटल की तरफ ध्यान नहीं दिया तो इस हॉस्पिटल में कभी भी कोई घटना घट सकती है। वह समाज सेविक बलबीर चिमा ने कहा कि यहाँ का स्टाफ अपनी मनमर्जी से काम कर रहा है, किसी का भी कोई इस तरफ ध्यान नहीं। गरीब व्यक्ति प्राइवेट हॉस्पिटल में महंगे इलाज ना करवाने की वजह से नूर महल के सरकारी हॉस्पिटल में आता है, परंतु उसको मुश्किलों का सामना करना पड़ता है। यदि सरकार ने इस तरफ ध्यान नहीं दिया तो समाज सेवी संस्थाएं मिलकर रोष प्रदर्शन करने को मजबूर हो जाएंगी। पंजाब सरकार मुर्दाबाद, 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 लोक एकता जिंदाबाद, 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 लोक एकता जिंदाबाद, जिंदाबाद, जिंदाबाद। जब इन आरोपों के बारे में कार्यकारी SMO डॉक्टर संदीप से बात की गई तो उन्होंने कहा कि आगे से किसी को भी कोई शिकायत का मौका नहीं दिया जाएगा और जो भी गलती करता पकड़ा गया उस पर बनती कार्रवाई की जाएगी। मुल्क सिंह, कहाँ से आए हो? जगाड़ी से। क्या बात, क्या हुई है जी? मेरे लाख में पहले सूनी पड़ी थी। हाँ, तीन महीने के पहले डॉल बना के कमरे में उठा दिया। मैं परसों में पट्टी कराने आया, परसों ही सर मैं पट्टी कराने आया, हर केस चूहे की आला कहता पहले आके पट्टी खोल आप कर ला। अच्छा। हाँ जी जी, इन्होंने कोल जी डॉस तक भी पई होंगी दर्द की बुखार की, ये कहते दवाई नहीं आई बाहरों में नहीं। ਕਿਹੜੇ ਹਸਪੀਟਲ ਆਇਆ ਸੀ? ਸਰਕਾਰੀ ਜੀ ਸੀ, ਨੂਰ ਮਹਿਲ। ਇੱਦਾਂ ਨਹੀਂ ਕਰਨੀ ਚਾਹੀਦੀ, ਕੋਈ ਗਰੀਬ ਆਦਮੀ ਚੱਲ ਕੇ ਐਡੀ ਦੂਰ ਆਉਂਦਾ, ਇਹਨਾਂ ਨੂੰ ਦੇਖਭਾਲ ਕਰਨੀ ਚਾਹੀਦੀ ਹੈ। ਤੁਹਾਡੇ ਇਲਾਜ ਤਾਂ ਵਿਦੇਸ਼ਾਂ 'ਚ ਹੁੰਦੇ ਆ, ਇੱਥੇ ਦੀ ਜਿਹੜੀ ਗਰੀਬ ਜਨਤਾ ਆ ਉਹ ਆਪਣੇ ਇਲਾਜ ਕਿੱਥੇ ਕਰਾਵੇ? ਤੁਸੀਂ ਹਸਪੀਟਲ ਬੰਦ ਕਰ ਦਿੱਤੇ, ਸਕੂਲ ਬੰਦ ਕਰ ਦਿੱਤੇ, ਜ਼ਰੂਰੀ ਸੇਵਾਵਾਂ ਬੰਦ ਕਰ ਦਿੱਤੀਆਂ। ਮੈਂ ਅੱਜ ਦੇ ਦਿਨ 'ਤੇ ਲੱਖ ਲਾਂਤਾਂ ਪਾਉਣਾ ਸਰਕਾਰ ਨੂੰ ਵੀ ਜੇ ਇੱਧਰ ਨੂੰ ਧਿਆਨ ਨਾ ਗਿਆ ਤਾਂ ਜਿਹੜੇ ਸ਼ਹਿਰ ਵਾਸੀ ਆ ਉਹ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਸੜਕਾਂ 'ਤੇ ਕਰਨਗੇ। ਮੈਂ ਅਸ਼ੋਕ ਸੰਧੂ ਜੀ, ਨੰਬਰ ਦਾ ਨੂਰ ਮਹਿਲ, ਜ਼ਿਲ੍ਹਾ ਪ੍ਰਧਾਨ ਨੰਬਰ ਦਾ ਯੂਨੀਅਨ ਦੇ ਤੌਰ 'ਤੇ ਮੈਂ ਗੱਲ ਕਰਦਾ ਪਿਆ ਜੀ। ਅੱਜ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਹੈਗੇ ਆ ਉਹ ਨੂਰ ਮਹਿਲ ਜਿਹੜਾ ਹਸਪਤਾਲ ਸਰਕਾਰੀ ਹਸਪਤਾਲ ਹੈਗਾ ਉਹਦੀ ਦੁਰਦਸ਼ਾ ਨੂੰ ਲੈ ਕੇ ਇਕੱਠੇ ਹੋਏ ਹਾਂ। ਔਰ ਇਹ ਸਾਡਾ ਮਤਲਬ ਪਹਿਲਾ ਦਿਨ ਹੀ ਹੈਗਾ ਵੀ ਇਕੱਠੇ ਹੋਣ ਦਾ। ਇਸ ਤੋਂ ਪਹਿਲਾਂ ਵੀ ਅਸੀਂ ਲਗਭਗ ਮਾਰਚ ਮਹੀਨੇ ਤੋਂ ਅਸੀਂ ਰੌਲਾ ਪਾ ਰਹੇ ਹਾਂ ਵੀ ਇੱਥੇ ਜਿਹੜਾ ਸਾਡਾ ਸਰਕਾਰੀ ਹਸਪਤਾਲ ਹੈਗਾ ਇੱਥੇ ਨਾ ਕੋਈ ਡਾਕਟਰ ਆ, ਨਾ ਕੋਈ ਨਕੀ ਆ ਨਰਸਾਂ ਹੈਗੀਆਂ, ਨਾ ਸਟਾਫ ਹੈ, ਅਤੇ ਨਾ ਹੀ ਨਕੀ ਆ ਜਿਹੜਾ ਇਲਾਜ ਕਰਨ ਵਾਲੀਆਂ ਮਸ਼ੀਨਾਂ ਹੈਗੀਆਂ। ਲੋਕ ਆਪਣਾ 84 ਪਿੰਡਾਂ ਨਾਲ ਸੰਬੰਧਿਤ ਇਹ ਹਸਪਤਾਲ ਹੈਗਾ, ਲੋਕ ਆਸਬੰਦ ਹੋ ਕੇ ਇਸ ਹਸਪਤਾਲ ਆਉਂਦੇ ਆ, ਪਰ ਨਿਰਾਸ਼ ਹੋ ਕੇ ਜਾਂਦੇ ਆ ਜਦੋਂ ਇੱਥੇ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਨਹੀਂ ਮਿਲਦੀਆਂ। ਅਸੀਂ ਅਖਬਾਰਾਂ ਰਾਹੀਂ ਬਹੁਤ ਵੱਡੇ ਪੱਧਰ 'ਤੇ ਮਤਲਬ ਇਹ ਖਬਰਾਂ ਦੇ ਚੁੱਕੇ ਹਾਂ, ਪ੍ਰਦਰਸ਼ਨ ਕਰ ਚੁੱਕੇ ਹਾਂ, ਪਰ ਕਿਸੇ ਵੀ ਵਿਭਾਗੀ ਅਫਸਰ ਦੇ ਉੱਪਰ ਕੋਈ ਕੰਨ 'ਤੇ ਜੂ ਨਹੀਂ ਸਰਕਦੀ ਪਈ। ਐਮਰਜੈਂਸੀ ਤੌਰ 'ਤੇ ਇੱਕ MS ਡਾਕਟਰ ਜਿਹੜਾ ਹੈਗਾ ਇੱਥੇ ਜੂ ਮੁਹੱਈਆ ਕੀਤਾ ਜਾਵੇ ਤਾਂ ਕਿ ਜਿਹੜੇ ਓਪਰੇਸ਼ਨ ਵਰਗੇ ਕਾਰਜ ਹੈਗੇ ਆ ਉਹ ਵਧੀਆ ਤਰੀਕੇ ਨਾਲ ਹੋਣ ਜੀ। ਡਾਕਟਰ ਸੰਦੀਪ, ਨਹੀਂ ਇੱਦਾਂ ਦੀ ਕੋਈ ਜੇ ਮੇਰੀ ਆਏਗੀ ਗੱਲ ਮੇਰੀ ਓਫਿਸ਼ਲੀ ਤਾਂ ਅਸੀਂ ਆਪਣਾ ਲੈਬੋਰਟਰੀ ਵਾਲਿਆਂ ਨੂੰ ਇੰਸਟਰਕਸ਼ਨ ਜਾਰੀ ਕਰਾਂਗੇ ਕਿ ਇੱਦਾਂ ਦੀ ਕਿਸੇ ਤੋਂ ਕੋਈ ਪੈਸਾ ਨਾ ਮੰਗਿਆ ਜਾਵੇ। ਸਾਰੇ ਸਟਾਫ ਨੂੰ ਮੈਂ ਵੈਸੇ ਵੀ ਹਰ ਮੀਟਿੰਗ ਕਹਿੰਦਾ ਰਹਿੰਦਾ ਵਾਂ ਕਿ ਕਿਸੇ ਸਟਾਫ ਤੋਂ ਕਿਸੇ ਤਰੀਕੇ ਨਾਲ ਕੋਈ ਚਾਰਜਿਸ ਪੈਸੇ ਨਾ ਮੰਗੇ ਜਾਣ। ਪਬਲਿਕ ਨੂੰ ਵੀ ਅਸੀਂ ਹਦਾਇਤਾਂ ਜਾਰੀ ਕੀਤੀਆਂ ਕਿ ਪੈਸੇ ਸਿਰਫ ਇੱਕ ਨੰਬਰ ਕਮਰੇ 'ਚ ਜਿੱਥੇ ਪ੍ਰੋਪਰ ਰਸੀਦ ਮਿਲਦੀ ਆ ਉੱਥੇ ਹੀ ਜਮ੍ਹਾਂ ਕਰਾਇਆ ਜਾਣ, ਹੋਰ ਕਿਸੇ ਸਟਾਫ ਨੂੰ ਪੈਸੇ ਨਾ ਫੜਾਏ ਜਾਣ। ਇਹ ਜ਼ਰੂਰ ਇਸਦੇ ਖਿਲਾਫ਼ ਬਣ ਜਿਹੜੀ ਬਣਦੀ ਕਾਰਵਾਈ ਹੈਗੀ ਜ਼ਰੂਰ ਕਰਾਂਗੇ। ਤੁਸੀਂ ਸਾਡੇ ਵੱਲੋਂ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ, ਜੋ ਵੀ ਸਰਕਾਰ ਵੱਲੋਂ ਹਦਾਇਤਾਂ ਹਨ ਅਸੀਂ ਉਹਦੇ ਹਿਸਾਬ ਨਾਲ ਵੀ ਕੰਮ ਕਰ ਰਹੇ ਹਾਂ, ਡਿਊਟੀ ਨਿਭਾ ਰਹੇ ਹਾਂ। कपूरथला से C1 न्यूज़ के लिए पुनीत अरोड़ा की रिपोर्ट।